ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਤੇ ਕੀ ਹਾਲ ਚਾਲ ਹੈ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਫਾ ਸ਼ੁਕਰ ਅਦਾ ਕਰਦੇ ਹਾਂ ਕਿ ਅਸੀਂ ਸਭ ਵਧੀਆ ਵਾਂ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਵਧੀਆ ਹੋਵੋਗੇ। ਅੱਲਾ ਤਾਲਾ ਤੁਹਾਨੂੰ ਸਭ ਨੂੰ ਖੈਰੋ ਖੈਰੀਅਤ ਨਾਲ ਰੱਖੇ। ਆਮੀਨ ਸੁਮਾ ਆਮੀਨ। ਅੱਜ ਦੇ ਵਲੋਗ ਦਾ ਆਗਾਜ਼ ਕਰਦੇ ਹਾਂ ਸ਼ਾਮ ਦੀ ਰੁਟੀਨ ਦੇ ਵਿੱਚ। ਸਾਡੇ ਹਜੇ ਗੈਸ ਨਹੀਂ ਆਇਆ, 6 ਵਜੇ ਗੈਸ ਆਏਗਾ ਤੇ ਫਿਰ ਅਸੀਂ ਸ਼ਾਮ ਦੀ ਰੁਟੀਨ ਤੇ ਅੱਜ ਬਣਾਵਾਂਗੇ ਕੱਦੂ ਤੇ ਚਨਿਆਂ ਦੀ ਦਾਲ, ਕੱਦੂ ਸ਼ਰੀਫ। ਅਸੀਂ ਆਪਣੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ, ਆਪਣੇ ਪਿਆਰੇ ਨਬੀ ਨੂੰ ਵੀ ਕੱਦੂ ਬਹੁਤ ਜ਼ਿਆਦਾ ਪਸੰਦ ਸੀਗਾ ਤੇ ਉਹ ਵੀ ਕੱਦੂ ਖਾਂਦੇ ਸੀ। ਕੱਦੂ ਦਾ ਲੋਕ ਹਲਵਾ ਵੀ ਖਾਂਦੇ ਆ। ਕੱਦੂ ਚਨਿਆ ਦਾਲ ਬਣਾ ਲਓ, ਕੱਦੂ ਸ਼ਰੀਫ ਕੱਲਾ ਪਕਾ ਲਓ, ਕੱਦੂ ਦੇ ਵਿੱਚ ਗੋਸ਼ਤ ਪਾ ਲਓ, ਮਤਲਬ ਜੋ ਦਿਲ ਕਰਦਾ ਵਾ ਸਬਜ਼ੀ ਦੇ ਵਿੱਚ ਮਿਕਸ ਕਰਕੇ ਤੇ ਪਕਾ ਕੇ ਤੇ ਖਾ ਲਓ। ਤੇ ਅੱਜ ਅਸੀਂ ਫਿਲਹਾਲ ਬਣਾਉਣ ਲੱਗੇ ਆ ਕੱਦੂ ਤੇ ਚਨਿਆ ਦੀ ਦਾਲ। ਤੇ ਹੁਣ ਤੁਸੀਂ ਸਾਡੇ ਨਾਲ ਜੁੜੇ ਰਹੀਓ ਤੇ ਅਸੀਂ ਹੁਣ ਸਬਜ਼ੀ ਕੱਟ ਲਈਏ ਨਾ। ਸਬਜ਼ੀ ਕੱਟ ਕੇ ਫਿਰ ਆਪਾਂ ਕੋਈ ਕੰਮ ਕਰਾਂਗੇ। ਕੱਦੂ ਹੁੰਦੇ ਛੋਟੇ 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 ਛੋਟੇ, ਇੰਨੇ ਇੰਨੇ ਪਿਆਰ। ਲੇਕਿਨ ਮੈਂ ਭੇਜਿਆ ਸੁਭਾਨ ਨੂੰ ਸਬਜ਼ੀ ਲੈਣ ਤੇ ਉਹ ਫਿਰ ਤੁਹਾਨੂੰ ਪਤਾ ਬੱਚੇ ਨੂੰ ਤਾਂ ਉਹਨਾਂ ਨੇ ਵੱਡਾ ਸਾਰਾ ਹੀ ਵੱਡੇ ਵੱਡੇ ਚੁੱਕ ਕੇ ਫੜਾ ਦਿੱਤੇ ਤੇ ਮੈਂ ਤੇ ਉਹਨੂੰ ਇੰਨਾ ਬਲੀ ਜਾ ਮੋੜ ਕੇ ਆ ਤੇ ਸਬਜ਼ੀ ਵਾਲਾ ਅੱਗੋਂ ਕਹਿੰਦਾ ਮੈਂ ਤਾਂ ਮੋੜ ਨੀ। ਮੈਂ ਕਿਹਾ ਉਹਨੇ ਅੱਗੇ ਮਸਾਂ ਕਿਹਾ ਵੀ ਚੱਲ ਬੱਚਾ ਲੈਣ ਆਇਆ ਵੱਡੇ ਵੱਡੇ ਫੜਾ ਦਾ, ਜੇ ਤਾਂ ਮੈਂ ਜਾਂਦੀ ਮੈਂ ਤਾਂ ਛੋਟੇ ਛੋਟੇ ਲੈ ਕੇ ਆਉਣੇ ਸੀ ਨਾ ਪਿਆਰੇ ਪਿਆਰੇ ਜੇ। ਲੇਕਿਨ ਮੈਂ ਕਿਹਾ ਚਲੋ ਕੋਈ ਨਾ, ਜੋ ਆ ਗਿਆ ਆਮੀਨ, ਅੱਲਾ ਦਾ ਸ਼ੁਕਰ ਆ। ਚਨਿਆਂ ਦੀ ਦਾਲ ਕਿਤਨੇ ਕੀ ਲੈ ਕੇ ਆਏ ਹੋ? ਅਰਸ਼ਮਾਨ ਕੋ ਮੈਨੇ ਚਨੇ ਕੀ ਦਾਲ ਲੈਣੇ ਭੇਜਾ ਥਾ ਤੋ ਵੋ ਚਨੇ ਕੀ ਦਾਲ ਲੈ ਆਇਆ ਹੈ। ਤੋ ਹਮ ਲੋਗ ਇਸਕੋ ਭਿਗੋਤੇ ਹੈ ਪਾਣੀ ਮੇ, ਤੋ ਫਿਰ ਔਰ ਕਾਮ ਬਾਅਦ ਮੇ ਕਰੇਂਗੇ। ਹੁਣ ਅਸੀਂ ਦਾਲ ਭਿਉਂ ਦਈਏ। ਇਹਦੇ ਚ ਪਾਉਣੀ ਹੈ ਸਬਜ਼ੀ ਕੋ ਨਹੀਂ ਜੰਨਤ, ਕੋਈ ਕਾਰਨਾਮਾ ਨਹੀਂ ਕਰ ਦੇਣਾ। ਚਲੋ ਸਬਜ਼ੀ ਕਾਟੋ ਆਪ, ਇਹ ਯਹਾਂ ਪੇ ਬੈਠ ਕੇ ਐਸੇ ਬੈਠੋ, ਸਬਜ਼ੀ ਕਾਟੋ। ਹਾਂ ਚਲੋ ਇਹ ਲੋ ਬਈ, ਜੰਨਤ ਸਬਜ਼ੀ ਕੀ ਕਾਟ ਰਹੀ ਹੈ? ਤੋ ਮੈਂ ਆਟਾ ਗੂੰਦ ਲੂ, ਮੈਨੇ ਆਟੇ ਕੋ ਗੋਲ ਕੇ ਰੱਖਾ ਹੁਆ ਥਾ, ਆਪਕੋ ਪਤਾ ਹੈ ਨਹੀਂ ਕਨਕ ਹੈ ਤੋ ਜਿਸਕੀ ਵਜ੍ਹਾ ਸੇ ਹਮ ਇਸਕੋ ਗੋਲ ਕੇ ਰੱਖਤੇ ਹੈਂ। ਨਹੀਂ ਜੰਨਤ ਨੇ ਆਟਾ ਨਹੀਂ ਗੂੰਦਣਾ, ਜੰਨਤ ਨੇ ਸਬਜ਼ੀ ਕੋ ਆਤਨੀ ਹੈ। ਨਹੀਂ ਜੰਨਤ ਕਹਿ ਰਹੀ ਅਬ ਮੈਂ ਆਟਾ ਗੂੰਦੂਗੀ, ਆਟਾ ਮੰਮਾ ਗੂੰਦੇਗੀ। ਨਹੀਂ ਬੇਟਾ, ਹਾਂ ਲੈ ਇਹ ਦੇਖੋ ਬਾਜ਼ੂ ਆਪਕੇ ਸਾਰੇ ਕੱਪੜੇ ਗੰਦੇ ਹੋ ਜਾਣੇ ਹੈ ਆਪਕੇ। ਚਲੋ ਪੀਛੇ ਹੋ ਜਾਓ। ਅੱਛਾ ਛੋੜੋ ਜੰਨਤ, ਆਪ ਸਬਜ਼ੀ ਕਾਟੋ ਨਾ। ਹਾਂਜੀ ਹਾਂ ਸਬਜ਼ੀ ਕਾਟ ਦੋ ਜਲਦੀ ਸੇ, ਹਮ ਦੋਨੋ ਮਿਲ ਕੇ ਮਾਂ ਬੇਟੀ ਕਾਮ ਕਰੇਂਗੇ ਨਾ।
ਜੰਨਤ ਸਬਜ਼ੀ ਕਾਟੇਗੀ, ਮੰਮਾ ਆਟਾ ਗੁੰਦੇਗੀ, ਹੈ ਜੰਨਤ ਫਿਰ ਹਾਂਡੀ ਬਣਾਏਗੀ ਨਾ, ਆਜ ਜੰਨਤ ਨੇ ਸਾਲਨ ਬਣਾਉਣਾ ਹੈ। ਹਾਂਜੀ ਜੀ ਕੱਟ ਦੋ, ਉਹ ਨੀਚੇ ਗਿਰਨੇ ਲੱਗਾ ਥਾ। ਫਿਰ ਮੈਂ ਰੋਟੀਆਂ ਬਣਾਉਂਗੀ, ਸਹੀ ਹੈ ਜੰਨਤ ਬੋਲੋ ਹਾਂ ਏ। ਚਲੋ ਜੀ ਫਿਰ ਜਲਦੀ ਸੇ ਕਾਟੋ ਨਾ, ਅਭੀ ਕਾਟ ਨਹੀਂ ਰਹੇ ਜੀ। ਆਟਾ ਨਿਕਾਲ ਦਿਆ ਮੈਂ, ਹਮਨੇ ਨੀਚੇ ਨਹੀਂ, ਨੀਚੇ ਪਾਣੀ ਨਹੀਂ ਗਿਰ। ਚਲੋ ਜੀ ਇਸਕੋ ਰੱਖ ਕੇ ਆਤੇ ਹੈ ਫ੍ਰਿਜ ਮੇ, ਅਬ ਮੰਮਾ ਕਾਟੇਗੀ। ਇਧਰ ਤੋ ਦੋ, ਯੇ ਤੋ ਦੇ ਦੋ, ਆਹਾ ਓ ਯੇ ਦੇਖੋ ਐਸਾ ਨਹੀਂ ਕਰਤੇ। ਯੇ ਛਿਲਕੇ ਬੱਕਰੇ ਕੋ ਡਾਲ ਕੇ ਆ, ਹਾਂ ਜਾਓ ਜਲਦੀ ਸੇ, ਹਾਂ ਆਪਨੇ ਡਾਲਨੇ ਆਜ। ਚਲੋ ਜਾਓ ਜਲਦੀ ਸੇ ਡਾਲ ਕੇ ਆ, ਹਾਂ ਬੱਕਰੇ ਕੋ ਡਾਲ ਕੇ ਆਓ। ਜੰਨਤ ਜਾ ਰਹੀ ਹੈ ਛਿਲਕੇ ਡਾਲਨੇ ਬੱਕਰੇ ਕੋ। ਛਾਪਰ ਨਹੀਂ ਡਾਲਨਾ ਜੰਨਤ, ਛਾਪਰ ਇੱਧਰ ਲੈ ਆਉਣਾ। ਗੈਸ ਹਲਕਾ ਹਲਕਾ ਆਉਣ ਲੱਗ ਗਿਆ ਆਪਾਂ ਜਲਦੀ ਜਲਦੀ, ਗੈਸ ਹਲਕਾ ਹਲਕਾ ਆ ਗਿਆ ਵਾ। ਆਪਾਂ ਚਨਿਆਂ ਦੀ ਦਾਲ ਬੋਇਲ ਕਰਨੀ ਰੱਖਦੇ ਹਾਂ ਗੈਸ ਤੇ, ਫਿਰ ਬਾਅਦ ਮੈਂ ਸਾਰੇ ਕੰਮ ਕਰਾਂਗੇ। ਜੰਨਤ ਨੇ ਦੇਖੋ ਕਿਆ ਕਰਦੀ ਹੈ, ਚਨਿਆਂ ਦੀ ਦਾਲ ਆਪਾਂ ਬੋਇਲ ਕਰਨੀ ਰੱਖ ਦਿੱਤੀ ਆ, ਤੇ ਹੁਣ ਆਪਾਂ ਕੱਟ ਲੈਂਦੇ ਹਾਂ ਜਲਦੀ ਜਲਦੀ ਨਾਲ ਪਿਆਜ਼। ਮੈਂ ਵੀ ਪਲੇਟ ਤੇ ਪਿਆਜ਼ ਕੱਟਣ ਲੱਗੀ ਸੀ, ਪਰ ਮੈਨੂੰ ਨਹੀਂ ਸਹੀ ਲੱਗਦਾ, ਮੈਨੂੰ ਤੇ ਇਸ ਤਰ੍ਹਾਂ ਹੀ ਲੱਗਦਾ ਸਹੀ, ਕਿਉਂਕਿ ਅਸੀਂ ਛੁਰੀਆਂ ਨਹੀਂ ਤਿੱਖੀਆਂ ਰੱਖੀਆਂ ਹੀ ਨਹੀਂ, ਸਾਡੇ ਬੱਚਿਆਂ ਤੇ ਛੋਟੇ ਛੋਟੇ ਬੱਚੇ ਆ, ਅਸੀਂ ਇੱਦਾਂ ਦੀ ਚੀਜ਼ ਘਰ 'ਚ ਰੱਖਦੇ ਨਹੀਂ। ਬਸ ਛੁਰੀਆਂ ਜਿੱਦਾਂ ਦੇ ਅਸੀਂ ਤੇਜ਼ ਨਹੀਂ, ਉੱਦਾਂ ਦੀਆਂ ਸਾਡੀਆਂ ਛੁਰੀਆਂ ਤੇਜ਼ ਨਹੀਂ, ਕਿਉਂਕਿ ਜ਼ੁਬਾਨਾਂ ਤੇਜ਼ ਹੋਣਗੀਆਂ ਤੇ ਛੁਰੀਆਂ ਵੀ ਤੇਜ਼ ਹੋਣਗੀਆਂ। ਸਾਡੇ ਚੋਂ ਕਿੰਨੇ ਕਿੰਨੇ ਹੱਜ ਤੇ ਜਾਣਾ, ਕਮੈਂਟ ਕਰਕੇ ਲਾਜ਼ਮੀ ਦੱਸਿਓ, ਕੌਣ ਖੁਦ ਜਾ ਰਿਹਾ, ਕਿਸੇ ਦੇ ਮਾਂ ਬਾਪ ਜਾ ਰਹੇ, ਕਿਸੇ ਦੇ ਭੈਣ ਭਾਈ ਜਾਣਗੇ। ਅੱਲਾਹ ਤਾਲਾ ਸਭ ਨੂੰ ਹੱਜੇ ਬੈਤੁੱਲਾ ਨਸੀਬ ਫਰਮਾਏ, ਸਭ ਨੂੰ ਹੱਜ ਦੀ ਸਿਆਦਤ ਨਸੀਬ ਫਰਮਾਵੇ। ਸਾਡੇ ਵਾਸਤੇ ਵੀ ਦੁਆ ਕਰਿਆ ਕਰੋ, ਅਸੀਂ ਤੁਹਾਡੇ ਵਾਸਤੇ ਬਹੁਤ ਦੁਆਵਾਂ ਕਰਦੇ ਹਾਂ। ਜਿਹੜੇ ਸਾਨੂੰ ਦੇਖਦੇ ਅਸੀਂ ਉਹਨਾਂ ਵਾਸਤੇ ਬਹੁਤ ਦੁਆਵਾਂ ਕਰਦੇ ਹਾਂ। ਜਿਹਨੇ ਸਾਨੂੰ ਸਬਸਕ੍ਰਾਈਬ ਕਰ ਲਿਆ, ਤੁਹਾਨੂੰ ਪਤਾ ਸਾਡੀ ਫੈਮਿਲੀ ਦਾ ਹਿੱਸਾ ਬਣ ਗਿਆ, ਫਿਰ ਅਸੀਂ ਉਹਦੇ ਵਾਸਤੇ ਤਾਂ ਖਸੂਸਨ ਖਸੂਸਨ ਦੁਆਵਾਂ ਹੀ ਕਰਨੀਆਂ ਕਰਨੀਆਂ ਸਭ ਵਾਸਤੇ ਚਾਹੀਦੀਆਂ, ਲੇਕਿਨ ਫਿਰ ਉਹ ਜ਼ਿਆਦਾ ਅਹਿਮ ਹੋ ਜਾਂਦਾ, ਫਿਰ ਉਹਦੇ ਵਾਸਤੇ ਖਸੂਸਨ ਖਸੂਸਨ ਦੁਆਵਾਂ ਕਰਨੀਆਂ ਪੈਂਦੀਆਂ। ਤੇ ਅੱਜ ਕੱਲ੍ਹ ਪਿਆਜ਼ ਵੀ ਦੇਖੋ ਕਿੱਦਾਂ ਆਉਂਦਾ, ਕੱਟਿਆ ਹੀ ਨਹੀਂ ਜਾਂਦਾ, ਤਣਾ ਹੀ ਲੱਗੀ ਪਈ ਹੈ। ਪਿਆਜ਼ ਛਿੱਲਣ ਦਾ ਇੰਨਾ ਜ਼ਿਆਦਾ ਸ਼ੌਕ ਆ, ਹਾਂਜੀ ਮੈਂ ਲਾਲ ਟਮਾਟਰ ਧੋ ਕੇ ਲੈ ਕੇ ਆਤੀ ਹੂੰ ਜੰਨਤ। ਜੰਨਤ ਨੇ ਪਿਆਜ਼ ਇਹ ਖਾਣੇ ਵਾਲੇ ਨਹੀਂ ਹੈ, ਇੱਧਰ ਲੈ ਕੇ ਆ ਜੰਨਤ, ਪਾਉ ਨਹੀਂ ਲਗਾਤੇ ਖਾਣੇ ਵਾਲੀ ਚੀਜ਼ ਕੋ। ਅਸੀਂ ਸੁਬਹਾ ਸੁਬਹਾਨ ਦੀ ਫੁੱਫੋ ਘਰ ਗਏ ਸੀਗੇ, ਵੈਸੇ ਗਏ, ਫਿਰ ਉਹਨਾਂ ਨੇ ਨਾਸ਼ਤਾ ਮੰਗਾ ਲਿਆ, ਉਹਨਾਂ ਨੇ ਨਾਨ ਚਨੇ ਪਾਏ, ਬੋਇਲ ਕੀਤੇ ਆਂਡੇ ਨਾਲ ਚਾਏ।
ਵਲੌਗ ਤੇ ਨਹੀਂ ਬਣਾ ਸਕੇ, ਤੁਹਾਨੂੰ ਦਿਖਾ ਨਹੀਂ ਸਕੇ, ਉਹਨਾਂ ਨੇ ਇੰਨਾ ਜ਼ਿਆਦਾ ਕੁਛ ਮੰਗਾ ਲਿਆ। ਉਹ ਕਹਿੰਦੇ ਹੁਣ ਤੁਸੀਂ ਨਾਸ਼ਤਾ ਕਰਕੇ ਜਾਇਓ, ਕਿ ਹੁਣ ਤੁਸੀਂ ਆਏ ਹੋ। ਅਸੀਂ ਕਿਹਾ ਨਹੀਂ, ਅਸੀਂ ਤਾਂ ਵੈਸੇ ਹੀ ਆਏ ਸੀਗੇ। ਸੁਬਹਾਨ ਨੂੰ ਛੋੜਨ ਗਏ ਨਾ, ਫਿਰ ਅਸੀਂ ਇਹਨਾਂ ਦੀ ਫੁੱਫੋ ਘਰ ਵੀ ਚਲ ਗਏ। ਇੱਕ ਮਿੰਟ ਮੈਂ ਦੇਖਾਂ ਗੈਸ ਕਿੰਨੀ ਕੁ ਆ ਰਹੀ ਹੈ। ਗੈਸ ਫੇਰ ਅੱਜ ਦੇਖੋ ਸਲੋ ਹੋ ਗਈ ਹੈ, ਬਿਲਕੁਲ ਸਲੋ ਸਲੋ ਗੈਸ ਆ ਰਹੀ ਹੈ। ਆਪਾਂ ਦਾਲ ਧਰ ਦਿੱਤੀ ਹੈ, ਕਿਸਮਤ 'ਚ ਹੋਈ ਪੱਕ ਜੂਗੇ, ਕੱਦੂ ਸ਼ਰੀਫ ਨਾ ਹੋਈ ਤੇ ਫਿਰ ਨਾ ਸਹੀ। ਉਹ ਹਲਕਾ ਜਿਹਾ ਆਇਆ ਸੀ, ਬਣ ਜਾਏ। ਚੱਲ ਆ ਜਾਓ, ਸ਼ੁਕਰ ਅਲਹਮਦੁਲਿਲਾ ਗੈਸ ਆ ਚੁੱਕਾ ਹੈ ਹਮਾਰਾ। ਤੋ ਅਬ ਹਮ ਲੋਗ ਡਾਲਨੇ ਲਗੇ ਹੈ ਘੀ। ਹਾਂ ਆ ਲਸਣ ਸੀਗਾ ਥੋੜਾ ਜਿੰਨਾ, ਤੇ ਮੈਂ ਕਿਹਾ ਚੱਲ ਇਹ ਸਾਬਤ ਹੀ ਪਾ ਦਿੰਦੇ ਹਾਂ ਲਸਣ। ਅੱਜ ਕੱਦੂ ਤੇ ਚਨਿਆਂ ਦੀ ਦਾਲ ਇੰਨੀ ਟੇਸਟੀ ਬਣੂਗੀ ਨਾ, ਬਹੁਤ ਮਜ਼ੇਦਾਰ। ਮੈਨੂੰ ਇੰਨੀ ਜ਼ਿਆਦਾ ਪਸੰਦ ਆ ਨਾ ਕੱਦੂ ਚਨਿਆਂ ਦੀ ਦਾਲ, ਬਹੁਤ ਜ਼ਿਆਦਾ ਪਸੰਦ ਆ। ਤੇ ਅੱਜ ਮੈਂ ਨਾ ਰੱਜ ਕੇ ਰੋਟੀਆਂ ਖਾਣੀਆਂ, ਦੋ ਰੋਟੀਆਂ ਖਾਣੀਆਂ ਮੈਂ ਰੱਜ ਕੇ, ਕਿਉਂਕਿ ਮੈਂ ਸੁਬਹਾ ਦਾ ਨਾਸ਼ਤਾ ਕੀਤਾ ਹੋਇਆ ਵਾ, ਹੁਣ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਵਾ ਤੇ ਮੈਂ ਕੁਝ ਨਹੀਂ ਖਾਧਾ। ਮੈਂ ਕਿਹਾ ਸੀ ਕੱਦੂ ਚਨਿਆਂ ਦੀ ਦਾਲ ਨਹੀਂ ਮੈਂ ਰੋਟੀ ਖਾਣੀ ਆ। ਸਰਕਾਰ ਤੁਸੀਂ ਵੀ ਪੱਕਣਾ ਸ਼ੁਰੂ ਹੋ ਜਾਓ। ਮੈਂ 3 ਲਾਲ ਟਮਾਟਰ ਕੱਟ ਲਏ ਸੀ ਤੇ ਹਰੀਆਂ ਮਿਰਚਾਂ ਵੀ ਕੱਟੀਆਂ ਵਾ, ਕਿਉਂਕਿ ਆਪਾਂ ਅੱਜ ਸਾਲਨ ਬਣਾਉਣਾ ਕੱਦੂ ਚਨਿਆਂ ਦੀ ਦਾਲ। ਉਹਦੇ ਵਿੱਚ ਕੁੱਟਣੀਆਂ ਨਹੀਂ, ਕੱਟ ਕੇ ਹੀ ਪਾਣੀ ਆ। ਆਪਣਾ ਕੱਦੂ ਸ਼ਰੀਫ ਆ, ਨਮਕ, ਜੀਰਾ, ਹਲਦੀ, ਕਾਲੀ ਮਿਰਚ, ਸੁੱਕਾ ਧਨੀਆ ਤੇ ਗਰਮ ਮਸਾਲਾ ਥੋੜਾ ਜਿੰਨਾ ਪਾਇਆ ਵਾ, ਇਹ ਆਪਾਂ ਸਾਰਾ ਨਾ ਇਹਦੇ ਵਿੱਚ ਪਾਵਾਂਗੇ। ਮੈਂ ਕਿਹਾ ਗੱਲ ਮੰਨ ਲਈ ਆ, ਮੈਂ ਸਰਕਾਰ ਕਿਹਾ ਵਾ ਤੇ ਦਾਲ ਪੱਕਣ ਲੱਗ ਗਈ। ਪਿਆਰ ਮੁਹੱਬਤ ਨਾਲ ਹੀ ਹਰ ਚੀਜ਼ ਤੇ ਅਸਰ ਹੁੰਦਾ ਵਾ। ਗੁੱਸੇ ਨਾਲ ਬੋਲੀਏ, ਅੱਗੋਂ ਗੁੱਸਾ ਹੀ ਆਉਂਦਾ। ਤੁਸੀਂ ਵੀ ਹਰ ਅਗਰ ਕਿਸੇ ਕੋਲ ਕੰਮ ਲੈਣਾ ਨਾ, ਪਿਆਰ ਨਾਲ ਮੁਹੱਬਤ ਦੇ ਨਾਲ ਕਿਆ ਕਰੋ, ਸਰਕਾਰ ਆਹ ਕੰਮ ਕਰ ਲਓ। ਬੀਵੀ ਨੂੰ ਕਿਆ ਕਰੋ, ਸਰਕਾਰ ਚਾਹੇ ਬਣਾ ਦਿਓ, ਬਲਕਿ ਹੁਣ ਤਾਂ ਮੁਰਸ਼ਦ ਜੀ ਕਿਆ ਕਰੋ। ਤੇ ਅਗਰ ਸਿਸਟਰ ਆ ਨੂੰ ਕਿਆ, ਉਹਨੂੰ ਕਿਆ ਕਰੋ ਆਪੀ ਜੀ ਜਾਂ ਛੋਟੀ ਭੈਣ ਨਾਲ, ਜੋ ਵੀ ਤੁਸੀਂ ਘਰ ਚ ਵਰਡਸ ਇਸਤੇਮਾਲ ਕਰਦੇ ਹੋ। ਤੇ ਅੱਜ ਤੁਸੀਂ ਕਹਿੰਦੇ ਹੋਗੇ ਮੈਂ ਅੱਧੀ ਪੰਜਾਬੀ ਤੇ ਅੱਧੀ ਉਰਦੂ ਬੋਲਦੀ ਹਾਂ, ਮੈਂ ਇਸ ਕਰਕੇ ਬੋਲਦੀ ਹਾਂ, ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਉਰਦੂ ਬੋਲਿਆ ਕਰੋ, ਤੇ ਕੁਛ ਲੋਕ ਕਹਿੰਦੇ ਤੁਸੀਂ ਪੰਜਾਬੀ ਬੋਲਿਆ ਕਰੋ। ਵਿੱਚ ਪੰਜਾਬੀ ਬੋਲੀ ਜਾਣੀ ਆ, ਵਿੱਚ ਉਰਦੂ ਬੋਲੀ ਜਾਣੀ। ਤੁਸੀਂ ਮੈਨੂੰ ਸਲਾਹ ਕਰਕੇ ਦੱਸੋ, ਮਿਲ ਜੁਲ ਕੇ, ਕਿ ਮੈਂ ਪੰਜਾਬੀ ਬੋਲਾਂ ਕਿ ਉਰਦੂ ਬੋਲਾਂ, ਮੈਂ ਕੀ ਮਤਲਬ ਜੋ ਮੈਂ ਬਲੌਗ ਬਣਾਉਂਦੀ ਹਾਂ ਪੰਜਾਬੀ 'ਚ ਬਣਾਵਾਂ ਕਿ ਉਰਦੂ 'ਚ ਬਣਾਵਾਂ। ਤੁਹਾਡਾ ਮਸ਼ਵਰਾ ਸਿਰ ਮੱਥੇ 'ਤੇ। ਸਾਡਾ ਪਿਆਜ਼ ਹੋ ਗਿਆ ਵਾ ਹੁਣ ਬਰਾਊਨ, ਕਿਉਂਕਿ ਆਪਾਂ ਸਾਲਨ ਬਣਾਉਣਾ, ਲਾਈਟ ਲਾਈਟ ਬਰਾਊਨ ਕਰਨਾ। ਤੇ ਆਪਾਂ ਇਹਦੇ ਵਿੱਚ ਪਾ ਲਈਏ ਲਾਲ ਟਮਾਟਰ, ਹਰੀ ਮਿਰਚ, ਥੋੜਾ ਜਿਹਾ ਚਿੱਲਾ ਕਰ ਲਈਏ ਹਲਕਾ। ਆ ਹੁਣ ਪਾ ਲਈਏ ਨਮਕ ਮਿਰਚ। ਮੈਂ ਅਲੱਗ ਅਲੱਗ ਨਹੀਂ ਪਾ ਕੇ ਰੱਖਦੀ, ਮੈਂ ਇੱਕ ਕਟੋਰੀ 'ਚ ਪਾ ਲੈਂਦੀ ਹਾਂ ਸਾਰਾ ਕੁਝ। ਤੇ ਪਾਣੀ ਅਸੀਂ ਪਾਉਂਦੇ ਹਾਂ ਫਿਲਟਰ ਦਾ, ਹਾਂਡੀ 'ਚ ਵੀ, ਸਾਰੀਆਂ ਚੀਜ਼ਾਂ 'ਚ ਵੀ। ਥੋੜਾ ਜਿੰਨਾ ਮਸਾਲਾ ਭੁੱਜਦਾ ਵਾ ਤੇ ਇਹਨੂੰ ਆਪਾਂ ਢੱਕ ਦਿੰਦੇ ਹਾਂ, ਕਵਰ ਕਰ ਦਿੰਦੇ ਹਾਂ। ਤੇ ਆਪਾਂ ਉਹਦੇ 'ਚ ਆਪਣਾ ਕੱਦੂ ਸ਼ਰੀਫ ਧੋ ਲਈਏ।
ਅੱਜ ਮੇਰੇ ਕੋਲ ਬਾਜ਼ਾਰ ਨਹੀਂ ਜਾਇਆ ਗਿਆ ਕਿਉਂਕਿ ਸੁਬਹ ਸੁਬਹ ਸੁਭਾਣ ਦੀ ਫੁੱਫੋ ਘਰ ਟਾਈਮ ਲੱਗ ਗਿਆ, ਬਾਜ਼ਾਰ ਜਾਣਾ ਸੀ, ਬੱਚਿਆਂ ਦੀਆਂ ਚੱਪਲਾਂ ਟੁੱਟ ਗਈਆਂ ਤੇ ਮੈਂ ਕਿਹਾ ਚੱਲ ਚੱਪਲਾਂ ਉੱਥੋਂ ਜਿਵੇਂ ਬਾਜ਼ਾਰੋਂ ਨਾ ਲਿਆ ਕੇ ਦਵਾਂ। ਜਿਵੇਂ ਬਾਜ਼ਾਰ ਤਾਂ ਨਹੀਂ ਸੀ ਜਾਣਾ, ਮਦੀਨਾ ਚੌਂਕ ਹੀ ਜਾਣਾ ਸੀ, ਤੇ ਮੈਂ ਕਿਹਾ ਚੱਪਲਾਂ ਲਿਆ ਦਾਂ, ਲੇਕਿਨ ਜਾਇਆ ਹੀ ਨਹੀਂ ਗਿਆ, ਟਾਈਮ ਹੀ ਨਹੀਂ ਲੱਗਿਆ। ਭਾਈ ਕਿੱਥੋਂ ਆਇਆ ਵਾ ਤੂੰ? ਤੁਹਾਨੂੰ ਮਨਾ ਕੀਤਾ ਨਾ ਘੰਟੇ ਨਹੀਂ ਖੇਲਣੇ, ਫਿਰ ਤੁਸੀਂ ਚਨਿਆਂ ਦੀ ਦਾਲ, ਮਾਈ ਫੇਵਰੇਟ ਕੱਦੂ ਚਨੇ ਕੀ ਦਾਲ, ਸੁਬਹਾਨ ਨੇ ਲਾਜ਼ਮੀ ਹਲਾਉਣੀ ਹੁੰਦੀ ਆ ਮੇਰਾ ਸਾਲਾ। ਟੀਂਡੇ ਗੋਸ਼ਤ ਸੁਬਹ ਬਣਾਵਾਂਗੇ ਆਪਾਂ। ਨਹੀਂ ਹੁਣ ਮੇਰਾ ਦਿਲ ਕਰਦਾ ਸੀ ਕੱਦੂ ਚਨੇ ਕੀ ਦਾਲ ਖਾਣ ਨੂੰ, ਤਾਂ ਇਸੀ ਵਜ੍ਹਾ ਸੇ ਮੈਨੇ ਬਣਾਈ ਹੈ। ਕਭੀ ਮੰਮਾ ਕੀ ਬਾਤ ਵੀ ਮਾਨਾ ਕਰੋ, ਹਰ ਰੋਜ਼ ਤੁਮ ਲੋਗੋ ਕੀ ਬਾਤ ਤੋਂ ਨਹੀਂ ਮਾਨਨੀ, ਕਭੀ ਮੇਰਾ ਵੀ ਦਿਲ ਕਰਦਾ ਮੈਂ ਕੋਈ ਚੀਜ਼ ਪਕਾ ਕੇ ਖਾਵਾਂ। ਹੁਣ ਆਪਾਂ ਕੱਦੂ ਸ਼ਰੀਫ ਪਾਨੇ ਆ, ਸੁਭਾਨ ਉਹ ਮੈਨੂੰ ਫੜਾ, ਉਹ ਆ ਬਲੂ ਜਾ ਕੱਪੜਾ ਮੈਨੂੰ ਦੇ, ਮੈਂ ਹਾਂਡੀ ਹਿਲਾਵਾਂ ਦੇ ਦੇ, ਫਿਰ ਨਮਾਜ਼ ਦਾ ਵੀ ਟਾਈਮ ਹੋ ਜਾਣਾ। ਆ ਇੱਕ ਪੀਸ ਕੱਟਿਆ ਹੀ ਨਹੀਂ, ਵਿੱਚ ਹੀ ਰਹਿ ਗਿਆ ਸੀਗਾ, ਚੁਰੀ ਕੀਤੇ ਆ। ਏ ਜੰਨਤ ਇਹ ਕਿਆ ਕੀ ਆਇਆ ਹੋਏ, ਨਾ ਮੂੰਹ ਕੋ ਨਹੀਂ ਲਗਾਣਾ, ਨਾ ਕੱਪੜੇ ਕੋ ਲਗਾਣਾ। ਹੋਏ ਓਏ ਇਸਕੇ ਹੈਂਡ ਵਾਸ਼ ਕਰੋ, ਵੋ ਦੇਖੋ ਇਸਨੇ ਕਿਆ ਲਗਾਇਆ ਹੈ, ਜਲਦੀ ਕਰ ਸੁਬਹਾਨ, ਇਹ ਬਾਈ ਸੇ ਸਾਬਣ ਉਠਾ ਲਓ ਸੁਬਹਾਨ। ਚਮਚਾ ਗਿਰ ਗਿਆ, ਚਮਚਾ ਗਿਰ ਗਿਆ। ਹੁਣ ਅਸੀਂ ਨਾ ਇਹਨੂੰ ਢੱਕ ਦਿੰਨੇ ਆ, ਕੱਦੂ ਸ਼ਰੀਫ ਨੂੰ ਢੱਕ ਦਿੰਨੇ ਆ ਥੋੜਾ ਜਿਹਾ, ਆ ਗਲ ਜਵੇ, ਕਿਉਂਕਿ ਮੈਂ ਕਹਿੰਦੀ ਹੁੰਦੀ ਆ ਐ ਤੁਰਿਆ ਵਾ ਕੱਦੂ ਚੰਗਾ ਲੱਗਦਾ ਮੈਨੂੰ, ਨੀ ਖੜਾ ਖੜਾ ਕੱਦੂ ਚੰਗਾ ਲੱਗਦਾ। ਚਲੋ ਜੀ ਉਹਨਾਂ ਚਿਕਰ ਆਪਣੀ ਹੁਣ ਦਾਲ ਘਲ ਜਾਂਦੀ ਆ। ਜੰਨਤ ਕੇ ਮੂੰਹ ਪੇ ਸਾਰੀ ਕਾਲਸ ਲੱਗ ਗਈ ਆ, ਇੱਧਰ ਨੂੰ ਹੋ, ਪਿੱਛੇ ਨੂੰ ਹੋ ਜਾ, ਇਹ ਦੇਖੋ ਜੰਨਤ ਨੇ ਕਿਆ ਕਿਹਾ, ਇਹ ਚੈੱਕ ਕਰੋ ਨਾ, ਗਾੜੀ ਚੱਲ ਰਹੀ ਹੈ, ਇਹ ਪਤਾ ਨਹੀਂ ਚਲਦਾ, ਇਹ ਦੇਖੋ ਜੰਨਤ ਕਾ ਮੂੰਹ। ਮੰਮਾ ਤਾਂ ਪਾਜੀ ਵੀ ਕਰ ਲੇਗੀ, ਕੋਈ ਬਾਤ ਨਹੀਂ ਕੋਈ ਬਾਤ ਨਹੀਂ, ਮੈਂ ਉਹ ਹੈਂਡ ਵਾਸ਼ ਕਰ ਦਿੱਤੇ ਹਾਂ, ਮੂੰਹ ਵੀ ਧੋ ਲੈਤੇ ਹਮ ਲੋਗ। ਓ ਵਿਚ ਮਿਲਦਾ, ਇਧਰ ਹੀ ਬੈਠੇ ਰਹਿਣਾ ਆਪਣੇ, ਹੁਣ ਠਹਿਰ ਜਾਏ ਪੱਕੂਗਾ ਤੇ ਫੇਰ ਹੀ ਆਣਾ। ਹੁਣ ਅਸੀਂ ਹੁਣ ਇਹਦੇ ਵਿੱਚ ਦਾਲ ਪਾ ਲੈਂਦੇ ਹਾਂ ਜਿਹੜੀ ਅਸੀਂ ਬੋਇਲ ਕੀਤੀ ਆ, ਆ ਦਾਲ ਆਪਾਂ ਪਾ ਦਿੰਦੇ ਹਾਂ, ਆ ਦਾਲ ਪਾ ਦਈਏ ਆਪਾਂ। ਮੈਂ ਕਿਹਾ ਥੋੜੀ ਜਿਹੀ ਦਾਲ ਨਾ ਡੁੱਲ ਗਈ, ਹੁਣ ਆਪਾਂ ਨਾ ਆ ਦਾਲ ਪਾ ਤੀ ਆ ਨਾ, ਇਹ ਆਪਾਂ ਬਣਾਇਆ ਕੀ ਆ ਕੱਦੂ ਚਨਿਆਂ ਦੀ ਦਾਲ, ਆਪਾਂ ਇਹਦੇ ਵਿੱਚ ਦਾਲ ਵੀ ਪਾ ਤੀ ਆ, ਹੁਣ ਆਪਾਂ ਇਹਦੀ ਕਰ ਦਿੰਦੇ ਆ ਆਂਚ ਹਲਕੀ, ਤੇ ਹਲਕੀ ਆਂਚ ਤੇ ਨਾ ਪੱਕੀ ਜਾਵੇ, ਇਹਨੂੰ ਕਰਤਾ ਆਪਾਂ ਕਵਰ, ਹੁਣ ਕਰ ਦਿੰਦੇ ਆ ਚੁੱਲਾ ਹਲਕਾ, ਤੇ ਇਹ ਆਪਣੀ ਦਾਲ ਪੱਕੇ, ਇੱਧਰ ਆਪਾਂ ਬਣਾ ਲੈਂਦੇ ਆ ਰੋਟੀਆਂ, ਤੇ ਹੁਣ ਆਪਾਂ ਬਣਾਉਣ ਲੱਗੇ ਆ ਰੋਟੀਆਂ। ਬੱਚੇ ਗਏ ਅਰਬੀ ਪੜ੍ਹਨ, ਉਹ ਆਉਂਦੇ ਆ, ਤੇ ਮੈਂ ਕਿਹਾ ਉਹਨਾਂ ਚਿਕਰ ਮੈਂ ਰੋਟੀਆਂ ਵੀ ਬਣਾ ਲਾ, ਤੇ ਫਿਰ ਆਉਂਦੇ ਆ, ਫਿਰ ਉਹਨਾਂ ਨੂੰ ਰੋਟੀ ਦਿੰਨੇ ਆ, ਭੁੱਖ ਕਾਫੀ ਜ਼ਿਆਦਾ ਲੱਗੀ ਆ। ਆਪਾਂ ਹੁਣ ਸਾਲਣ ਚ ਧਨੀਆ ਵੀ ਪਾ ਲਈਏ,
ਸਾਲਨ ਸਾਡਾ ਪੱਕ ਗਿਆ ਵਾ, ਹੁਣ ਅਸੀਂ ਰੋਟੀਆਂ ਵੀ ਪਕਾ ਲਈਏ। ਇਹ ਸੀ ਸਾਡਾ ਅੱਜ ਦਾ ਵਲੋਗ, ਉਮੀਦ ਕਰਦੇ ਤੁਹਾਨੂੰ ਅੱਛਾ ਲੱਗਿਆ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼।